ਸਿੱਧੂ ਮੂਸੇਵਾਲੇ ਦਾ ਕੋਈ ਵੀ ਗੀਤ ਆਉਂਦਾ ਤਾਂ ਸਿੱਧੂ ਮੂਸੇਵਾਲਾ ਦੇ ਚਾਹੁਣ ਵਾਲੇ ਵੇਟ ਕਰਨਾ ਸ਼ੁਰੂ ਕਰ ਦਿੰਦੇ ਨੇ ਇੱਕ ਹਫ਼ਤਾ ਪਹਿਲਾਂ 15 ਦਿਨ ਪਹਿਲਾਂ, ਕਿਉਂਕਿ ਖੁਸ਼ੀ ਹੀ ਵੱਖਰੀ ਹੁੰਦੀ ਆ। ਹੁਣ ਸਿੱਧੂ ਮੂਸੇਵਾਲੇ ਦਾ ਅੱਜ ਤੋਂ 4 ਦਿਨ ਪਹਿਲਾਂ ਗੀਤ ਆਇਆ ਸੀ ਦੀਵਾਲੀ ਵਾਲੇ ਦਿਨ ਵਾਚ ਆਊਟ, ਜਿਸ ਨੂੰ ਲੋਕਾਂ ਨੇ ਬਹੁਤ ਜ਼ਿਆਦਾ ਪਿਆਰ ਦਿੱਤਾ ਅਤੇ ਦੀਵਾਲੀ ਦਿਨ ਪਟਾਕੇ ਵਜਾਉਣ ਦੀ ਖੁਸ਼ੀ ਘੱਟ ਸੀ, ਸਿੱਧੂ ਮੂਸੇਵਾਲੇ ਦੇ ਗੀਤ ਦੀ ਆਉਣ ਦੀ ਖੁਸ਼ੀ ਜ਼ਿਆਦਾ ਸੀ। ਸਿੱਧੂ ਮੂਸੇਵਾਲੇ ਨੇ ਗੀਤ ਦੇ ਵਿੱਚ ਬਹੁਤ ਕੁਝ ਬੋਲਿਆ ਕਿ ਜੇ ਮੈਂ ਜਿਉਂਦਾ ਰਿਹਾ ਤਾਂ ਤੁਹਾਨੂੰ ਅੱਗੇ ਨਹੀਂ ਆਉਣ ਦਿੰਦਾ, ਜੇ ਤੁਹਾਡੇ ਹੱਥ ਆ ਗਿਆ ਮੈਨੂੰ ਬਖਸ਼ਿਓ ਨਾ, ਤੁਸੀਂ ਮੇਰੇ ਹੱਥ ਆ ਗਏ ਮੈਂ ਤੁਹਾਨੂੰ ਜਾਣ ਨਹੀਂ ਦਿੰਦਾ। ਇੱਦਾਂ ਦੀਆਂ ਲਾਈਨਾਂ ਸਿੱਧੂ ਮੂਸੇਵਾਲੇ ਨੇ ਬੋਲੀਆਂ। ਸਿੱਧੂ ਮੂਸੇਵਾਲੇ ਨੇ ਬੋਲਿਆ, ਜੇ ਮੈਂ ਜਿਉਂਦਾ ਰਿਹਾ ਤਾਂ ਤੁਹਾਨੂੰ ਅੱਗੇ ਆਉਣ ਨਹੀਂ ਦਿੰਦਾ, ਪਤੰਦਰਾ ਤੂੰ ਤਾਂ ਗਲਤ ਬੋਲ ਗਿਆ, ਜਿਉਂਦੇ ਜੀ ਛੱਡ, ਤੂੰ ਤਾਂ ਮੌਤ ਤੋਂ ਬਾਅਦ ਵੀ ਇਹਨਾਂ ਨੂੰ ਅੱਗੇ ਨਹੀਂ ਆਉਣ ਦੇ ਰਿਹਾ। ਤੁਹਾਨੂੰ ਦੱਸ ਦਈਏ, ਸਿੱਧੂ ਮੂਸੇਵਾਲਾ ਦੇ ਗੀਤ ਦੇ ਉੱਤੇ ਬਿਨਾਂ ਐਡ ਲਾਏ, ਬਿਨਾਂ ਪ੍ਰਮੋਸ਼ਨ ਤੋਂ 4 ਦਿਨ ਦੇ ਵਿੱਚ, ਸਿਰਫ 4 ਦਿਨ ਦੇ ਵਿੱਚ 15 ਮਿਲੀਅਨ ਵਿਊ ਹੋ ਚੁੱਕੇ ਨੇ। ਜਦੋਂ ਤੱਕ ਇਹ ਵੀਡੀਓ ਤੁਸੀਂ ਦੇਖ ਰਹੇ ਹੋ, ਪਤਾ ਨਹੀਂ ਕਿੰਨੇ ਜ਼ਿਆਦਾ ਵਿਊ ਹੋ ਗਏ ਹੋਣਗੇ। ਤਾਂ ਦੋਸਤੋ, ਵੀਡੀਓ ਨੂੰ ਅੱਗੇ ਸ਼ੇਅਰ ਕਰਦੇ ਹੋ, ਰਿਕਾਰਡ ਤੋੜਦਾ ਬਾਈ, ਪਹਿਲਾਂ ਵੀ ਤੋੜਦਾ ਸੀ ਅਤੇ ਹੁਣ ਸਾਡੇ ਵਿਚਕਾਰ ਨਹੀਂ, ਅੱਜ ਵੀ ਤੋੜਦਾ। ਸਿੱਧੂ ਮੂਸੇਵਾਲੇ ਦੇ ਚਾਹੁਣ ਵਾਲੇ ਅਕਸਰ ਸਿੱਧੂ ਮੂਸੇਵਾਲੇ ਨੂੰ ਪਿਆਰ ਕਰਦੇ ਨੇ, ਕਰਦੇ ਸੀ, ਕਰਦੇ ਰਹਿਣਗੇ। ਸਿੱਧੂ ਮੂਸੇਵਾਲਾ ਸਾਡੇ ਦਿਲਾਂ ਦੇ ਵਿੱਚ ਵੱਸਦਾ ਅਤੇ ਵਸਿਆ ਰਹੇਗਾ। ਵੀਡੀਓ ਨੂੰ ਲਾਈਕ ਕਰ ਦਿਓ, ਸ਼ੇਅਰ ਕਰ ਦਿਓ, ਅਤੇ ਕਿੰਨੇ ਕਿੰਨੇ ਸੁਣਿਆ ਸਿੱਧੂ ਮੂਸੇਵਾਲੇ ਦਾ ਗੀਤ, ਕਿਹਨੂੰ ਕਿਹਨੂੰ ਵਧੀਆ ਲੱਗਿਆ, ਕਮੈਂਟਾਂ ਜ਼ਰੂਰ ਦੱਸੋ। ਧੰਨਵਾਦ, ਰੱਬ ਰੱਖਾ।